वाहिगुरु जी का खालसा वाहिगुरु जी की फतेह। तुसी देख रहे हो टीवी 84 ते मैं सुखविंदर सिंह हाजिर हाँ अज दा द फॉल्ट लाइन्स प्रोग्राम लैके। अज दे इस प्रोग्राम दे विच असीं गल करांगे पंजाब दे उत्ते पई नवीं विपता दी, जो पंजाब दे विच इस समय हड़ां दी स्थिति बनी हुई आ, जो कि बेहद खतरनाक हालात तक पहुंच चुकी आ। ते कई सालां बाद जिहड़ा पंजाब एक बार फिर इस तरह दे हड़ां दा सामना कर रहा है, तां लोकां नूं एक बार फिर जिहड़े 1988 दे विच हड़ आए सी उह एक बार याद आ गए ने, ते इस बार जिहड़े हड़ां दी स्थिति आ उह होर वी ज्यादा खतरनाक बनी हुई आ, क्योंकि जिहड़ा मौसम आ उह अगले दिनां दे विच वी साफ हुंदा नजर नहीं आ रिहा। ते हिमाचल दे विच जिथे भारी मींह जिहड़ा आ अगले दिनां च दस्सिया जा रिहा है, ते पंजाब दे विच जिहड़े पहलां ही भारी मींह दे नाल सारे असीं कह सकदे कि पानी दे स्रोत ने ਉਹ ਆਪਣੇ ਖਤਰਨਾਕ ਪੱਧਰ ਤੋਂ ਉਤਾਂ ਜਿਹੜੇ ਆਮ ਜਿਹੜੇ ਮੈਦਾਨ ਨੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਦੇ ਸਰੋਤਾਂ ਤੋਂ ਬਾਹਰਲੇ ਮੈਦਾਨ ਨੇ ਜਿਹੜੇ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਨਾਲ ਭਰ ਚੁੱਕੇ ਨੇ, ਤੇ ਜੇ ਹਿਮਾਚਲ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਮੀਂਹ ਲਗਾਤਾਰ ਜਾਰੀ ਰਿਹਾ ਤਾਂ ਪੰਜਾਬ ਦੇ ਜਿਹੜੇ ਡੈਮ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦੀ ਸਮਰੱਥਾ ਆ ਪਾਣੀ ਰੋਕਣ ਦੀ ਉਹ ਵੀ ਜਿਹੜੀ ਆ ਪੂਰੀ ਹੋ ਸਕਦੀ ਹੈ, ਤੇ ਜਿਸ ਨਾਲ ਬੇਹੱਦ ਜਿਹੜੇ ਖਤਰਨਾਕ ਹਾਲਾਤ ਨੇ ਪੰਜਾਬ 'ਚ ਪੈਦਾ ਹੋ ਸਕਦੇ ਨੇ। ਪਰ ਇਸ ਦੇ ਨਾਲ ਜਿਹੜਾ ਇਹ ਵੀ ਦੇਖਣ 'ਚ ਆ ਰਿਹਾ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਏਡੀ ਵੱਡੀ ਤ੍ਰਾਸਦੀ ਆਈ ਆ, ਉੱਥੇ ਜਿਹੜਾ ਭਾਰਤ ਦਾ ਜਿਹੜਾ ਨੈਸ਼ਨਲ ਮੀਡੀਆ ਆ ਉਸ ਦੇ ਉੱਤੇ ਇੱਕ ਛੋਟੀ ਜੀ ਖਬਰ ਤੁਹਾਨੂੰ ਇਹਨਾਂ ਹੜਾਂ ਬਾਰੇ ਦੱਸਦੀ ਆ। ਤੇ ਨਾਲ ਹੀ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸੀਂ ਕੱਲ੍ਹ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਕਿ ਛੋਟੀ ਛੋਟੀ ਗੱਲ ਦੇ ਉੱਤੇ ਟਵੀਟ ਕਰਨ ਦੀ ਜਿਹੜੀ ਆਦਤ ਹੈ ਉਹਨਾਂ ਦੀ, ਪਰ ਪੰਜਾਬ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਐਡੀ ਵੱਡੀ ਇਹ ਇੱਕ ਤ੍ਰਾਸਦੀ ਵਾਪਰ ਰਹੀ ਆ, ਪਰ ਇਹਦੇ ਬਾਰੇ ਉਹਨਾਂ ਦਾ ਟਵੀਟ ਜਿਹੜਾ ਆ ਉਸਨੇ ਮੌਨ ਧਾਰਿਆ ਹੋਇਆ, ਤਾਂ ਕੋਈ ਗੰਭੀਰਤਾ ਜਿਹੜੀ ਆ ਪੰਜਾਬ ਦੀ ਇੰਡੀਆ ਦੀ ਪੋਲੀਟੀਕਲ ਕਲਾਸ ਦੇ ਵਿੱਚ ਇਸ ਜਿਹੜਾ ਪੰਜਾਬ ਦੇ ਉੱਤੇ ਡਿਜ਼ਾਸਟਰ ਇਹ ਤ੍ਰਾਸਦੀ ਆਈ ਆ ਉਹਦੇ ਬਾਰੇ ਨਹੀਂ ਨਜ਼ਰ ਆ ਰਹੀ। ਤੇ ਇਸ ਸਾਰੇ ਮਾਮਲਿਆਂ ਬਾਰੇ ਤੇ ਜਿਹੜੀ ਇਹ ਹੜ੍ਹਾਂ ਦੀ ਸਥਿਤੀ ਆ ਮੌਜੂਦਾ ਜ਼ਮੀਨੀ ਪੱਧਰ ਤੇ ਕੀ ਹਾਲਾਤ ਨੇ, ਤੇ ਇਹਦੇ ਪਿੱਛੇ ਜਿਹੜਾ ਪੰਜਾਬ ਦਾ ਅਸੀਂ ਕਹਿ ਸਕਦੇ ਹਾਂ ਕਿ ਨੁਕਸਾਨ ਆ ਉਸ ਦੇ ਬਾਰੇ ਇਹ ਸਾਰੇ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਸ਼ੋਅ ਦੇ ਵਿੱਚ ਹਾਜ਼ਰ ਰਹਿਣਗੇ ਰਜਿੰਦਰ ਸਿੰਘ ਸਭਰਾ, ਸਾਡੇ ਜਰਨਲਿਸਟ ਨੇ ਜੋ ਕਿ ਚੰਡੀਗੜ੍ਹ ਤੇ ਉੱਥੋਂ ਦਾ ਜਿਹੜਾ ਰੋਪੜ ਡਿਸਟ੍ਰਿਕਟ ਆ ਉਸ ਏਰੀਏ ਨੂੰ ਕਵਰ ਕਰਦੇ ਨੇ, ਤੇ ਨਾਲ ਜੁਝਾਰ ਸਿੰਘ ਜੋ ਮਾਝੇ ਤੋਂ ਨੇ, ਕਿਉਂਕਿ ਇਸ ਪਾਣੀ ਦਾ ਜਿਹੜਾ ਅਗਲਾ ਵੱਡਾ ਨੁਕਸਾਨ ਆ ਉਹ ਮਾਝੇ ਦੇ ਵਿੱਚ ਹੁੰਦਾ ਆ, ਜੋ ਸਤਲੁਜ ਦਰਿਆ ਜਾਂ ਬਿਆਸ ਦਰਿਆ ਤੋਂ ਜਿਹੜਾ ਪਾਣੀ ਆ ਉਹ ਅੱਗੇ ਤੁਰਦਾ ਆ। ਤਾਂ ਅਸੀਂ ਇਹਨਾਂ ਦੋਵਾਂ ਨੂੰ ਮੈਂ ਆਪਣੇ ਸ਼ੋਅ ਦੇ ਵਿੱਚ ਜੀਆਂ ਨੂੰ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਹਾਂਜੀ, ਸਭ ਤੋਂ ਪਹਿਲਾਂ ਰਜਿੰਦਰ ਸਿੰਘ ਜੀ ਤੁਸੀਂ ਦੱਸਿਓ ਮੈਨੂੰ ਕਿ ਜਿਹੜੀ ਤੁਸੀਂ ਜਾ ਕੇ ਅੱਜ ਜਿਹੜੀ ਜ਼ਮੀਨੀ ਹਾਲਾਤ ਨੇ ਤੁਸੀਂ ਅੱਜ ਰਿਪੋਰਟਿੰਗ ਕਰਕੇ ਆਏ ਹੋ ਦਿਨ ਦੇ ਵਿੱਚ, ਕੀ ਸਥਿਤੀ ਆ ਹੁਣ ਉੱਥੇ ਪੰਜਾਬ ਦੇ ਵਿੱਚ ਮੀਂਹ ਦੀ, ਤੇ ਉੱਥੇ ਜਿਹੜਾ ਪਾਣੀ ਦਾ ਪੱਧਰ ਆ ਉਹ ਕਿਸ ਤਰ੍ਹਾਂ ਦਾ ਆ, ਖਾਸ ਤੌਰ ਤੇ ਜਿਹੜਾ ਘੱਗਰ ਦਰਿਆ ਦਾ ਇਲਾਕਾ ਆ, ਪੰਜਾਬ ਹਰਿਆਣੇ ਦਾ ਜਿਹੜਾ ਬੋਰਡਰ ਆ ਉਹਦੇ ਉੱਤੇ ਚੰਡੀਗੜ੍ਹ ਦੇ ਨੇੜਲਾ ਜਿਹੜਾ ਇਲਾਕਾ ਆ। ਬਿਲਕੁਲ ਸੁਖਵਿੰਦਰ ਸਿੰਘ ਜੀ, ਜਦੋਂ ਅਸੀਂ ਦੇਖਦੇ ਹਾਂ ਤਾਂ ਖਾਸ ਕਰ ਕੱਲ੍ਹ ਤੋਂ ਲਗਾਤਾਰ ਕੁਝ ਦਿਨਾਂ ਤੋਂ ਆ ਜਿਹੜਾ ਬਾਰਿਸ਼ ਦੇ ਹੋਣ ਕਰਕੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਜਿੱਥੇ ਲੋਕਾਂ ਦੇ ਸਾਹਮਣੇ ਵੱਡੀਆਂ ਸਮੱਸਿਆਵਾਂ ਆਈਆਂ, ਤੇ ਉੱਥੇ ਬਿਲਕੁਲ ਜਿਹੜਾ ਹਰਿਆਣਾ ਅਤੇ ਪੰਜਾਬ ਦਾ ਇੱਕ ਤਰ੍ਹਾਂ ਦੇ ਨਾਲ ਸਰਹੱਦ ਜੁੜਦੀ ਹੈ, ਤਾਂ ਇਸ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਚੁੱਕੀਆਂ ਨੇ। ਜਿਸ ਤਰੀਕੇ ਦੇ ਨਾਲ ਇਹ ਕੱਚਾ ਇਲਾਕਾ ਆ ਤਾਂ ਆਮ ਕਰਕੇ ਪਾਣੀ ਭਰ ਜਾਂਦਾ ਹੈ, ਘਰਾਂ ਤੱਕ ਪਾਣੀ ਭਰ ਜਾਂਦਾ ਹੈ, ਜਿਹੜਾ ਉਹਨਾਂ ਦਾ ਵਰਤੋਂ ਵਾਲਾ ਸਮਾਨ ਹੈ ਤਾਂ ਉਹ ਇੱਕ ਤਰ੍ਹਾਂ ਦੇ ਨਾਲ ਬਿਲਕੁਲ ਖਰਾਬ ਹੋ ਚੁੱਕਾ ਹੈ। ਤਾਂ ਇਸ ਵਕਤ ਜਿਹੜੀ ਉਸ ਜਗ੍ਹਾ ਦੀ ਸਥਿਤੀ ਹੈ, ਬਿਲਕੁਲ ਕੱਚੇ ਰਸਤੇ ਹੋਣ ਕਰਕੇ ਕੋਈ ਆਵਾਜਾਈ ਦਾ ਸਾਧਨ ਨਹੀਂ, ਇੱਥੋਂ ਤੱਕ ਕਿ ਉਹਨਾਂ ਦੇ ਕੋਲੇ ਪੀਣ ਵਾਲਾ ਪਾਣੀ ਨਹੀਂ, ਪੀਣ ਵਾਲਾ ਪਾਣੀ ਵੀ ਬਿਲਕੁਲ ਜਿਹੜਾ ਜ਼ਮੀਨ ਦੇ ਵਿੱਚੋਂ ਕੱਢਦੇ ਸੀ ਉਹ ਗੰਧਲਾ ਹੋ ਚੁੱਕਾ ਹੈ, ਤੇ ਕਈ ਦਿਨਾਂ ਤੋਂ ਜਿਹੜੀ ਬਿਜਲੀ ਆ ਬਿਲਕੁਲ ਬੰਦ ਹੋ ਚੁੱਕੀ ਹੈ। ਤਾਂ ਖਾਸ ਕਰ ਇਹਦੇ ਵਿੱਚ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਜਦੋਂ ਅਸੀਂ ਉੱਥੋਂ ਦੇ ਲੋਕਾਂ ਦੇ ਨਾਲ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਸਰਕਾਰ ਦੇ ਜਿਹੜੀ ਸੱਤਾਧਾਰੀ ਧਿਰ ਹੈ ਉਹਦੇ ਉੱਪਰ ਵੱਡੇ ਸਵਾਲੀਆ ਚਿੰਨ੍ਹ ਵੀ ਲਗਾਏ ਗਏ ਕਿ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਸਾਡਾ ਕੋਈ ਵੀ ਸਮਰਥਨ ਇਸ ਵਕਤ ਨਹੀਂ ਲਿਆ ਗਿਆ, ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਪੰਜਾਬ ਸਰਕਾਰ ਦੇ ਵੱਲੋਂ 24 ਨੰਬਰ ਤਾਂ ਜਾਰੀ ਕਰ ਦਿੱਤੇ ਗਏ ਨੇ, ਡੀਸੀਆਂ ਦੇ ਨੰਬਰ ਜਾਰੀ ਕੀਤੇ ਗਏ ਨੇ, ਤਾਂ ਜਦੋਂ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ ਲਗਾਉਣੇ ਆ
ਤਾਂ ਉਹ ਸਾਡੀ ਗੱਲ ਸੁਣਨ ਵਾਸਤੇ ਕੋਈ ਵੀ ਤਿਆਰ ਨਹੀਂ। ਤੇ ਉਹਨਾਂ ਨੇ ਨਾਲ ਇਹ ਵੀ ਜ਼ਿਕਰ ਕੀਤਾ ਕਿ ਜਦੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਜਿਨ੍ਹਾਂ ਨੂੰ ਅਸੀਂ ਵਿਧਾਇਕ ਸਾਹਿਬਾਨ ਕਹਿੰਦੇ ਉਹ ਫੋਟੋਆਂ ਖਿਚਵਾਉਂਦੇ ਸੜਕਾਂ ਦੇ ਉੱਪਰ ਨਜ਼ਰੇ ਆਉਂਦੇ ਨੇ, ਤਾਂ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਪਰ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਹਾਂ ਕਿ ਸੁਰਖਰੂ ਕਰਦੇ ਨਜ਼ਰ ਆਉਂਦੇ ਨੇ ਫੋਟੋਆਂ ਪਾ ਕੇ। ਪਰ ਇਸ ਇਲਾਕੇ ਦੇ ਵਿੱਚ ਉਹਨਾਂ ਦਾ ਸ਼ਿਕਵਾ ਹੈ ਕਿ ਕੋਈ ਵੀ ਸਰਕਾਰ ਦਾ ਨੁਮਾਇੰਦਾ ਨਹੀਂ, ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ, ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਵਲੰਟੀਅਰ ਸਹਿਬਾਨ ਨੇ ਉਹ ਵੀ ਬਿਲਕੁਲ ਕਿਸੇ ਵੀ ਧਿਰ ਦੇ ਵੱਲੋਂ ਕੋਈ ਵੀ ਸਮਰਥਨ ਮਿਲਦਾ ਅਜੇ ਤੱਕ ਨਜ਼ਰ ਨਹੀਂ ਆ ਰਿਹਾ। ਬਿਲਕੁਲ ਜੀ, ਜਿਹੜੀ ਜ਼ਮੀਨੀ ਹਾਲਾਤ ਨੇ ਉਹ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਕਿਉਂਕਿ ਮੇਰਾ ਰੋਪੜ ਆਪਣਾ ਇਲਾਕਾ ਆ, ਤੇ ਉਸ ਇਲਾਕੇ ਦੇ ਵਿੱਚ ਮੈਂ ਦਰਸ਼ਕਾਂ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਸਭ ਤੋਂ ਖਤਰਨਾਕ ਹਾਲਾਤ ਇਸ ਕਰਕੇ ਪੈਦਾ ਹੋ ਜਾਂਦੇ ਨੇ ਕਿਉਂਕਿ ਸਤਲੁਜ ਦਰਿਆ ਦਾ ਜਿਹੜਾ ਵਹਾਣ ਆ ਉਹ ਬਹੁਤ ਜ਼ਿਆਦਾ ਵਧਿਆ ਹੋਇਆ, ਤੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਪਹਾੜੀ ਖੱਡਾਂ ਨੇ ਉਹ ਸਤਲੁਜ ਦਰਿਆ ਦੇ ਵਿੱਚ ਪੈਂਦੀਆਂ, ਪਰ ਉਹਨਾਂ ਦਾ ਰਸਤਾ ਰੋਕ ਕੇ ਤੇ ਉਹ ਸਾਰਾ ਪਾਣੀ ਜਿਹੜਾ ਉਹ ਪਿੰਡਾਂ ਦੇ ਵਿੱਚ ਵੜ ਜਾਂਦਾ, ਤੇ ਰੋਪੜ ਜ਼ਿਲ੍ਹਾ ਬੇਹੱਦ ਜ਼ਿਆਦਾ ਪ੍ਰਭਾਵਿਤ ਹੋਇਆ, ਤੇ ਇਸ ਮਤਲਬ ਜਿਹੜਾ ਨੁਕਸਾਨ ਆ ਉਹ ਕਿਆਸਿਆ ਨਹੀਂ ਜਾ ਸਕਦਾ ਜਿਹੜਾ ਉਸ ਥਾਂ ਤੇ ਹੋਇਆ। ਪਰ ਜਿਹੜੇ ਸਰਕਾਰੀ ਪ੍ਰਬੰਧ ਨੇ ਉਹ ਅਸੀਂ ਕਹਿ ਸਕਦੇ ਹਾਂ ਕਿ ਲਗਾਤਾਰ ਜਿਹੜੀਆਂ ਸਰਕਾਰਾਂ ਨੇ ਉਹ ਫੇਲ ਰਹੀਆਂ, ਕਿਉਂਕਿ ਇਹ ਕੋਈ ਨਵੀਂ ਗੱਲ ਨਹੀਂ, ਪੰਜਾਬ ਹਮੇਸ਼ਾ ਇੱਕ ਸੈਂਸਿਟਿਵ ਇਲਾਕਾ ਹੈ ਜਿੱਥੇ ਕਿਸੇ ਵੀ ਸਮੇਂ ਹੜ੍ਹ ਆ ਸਕਦਾ। ਅਸੀਂ ਦੇਖਿਆ ਕਿ 2019 'ਚ ਵੀ ਜਿਹੜੇ ਵੱਡੇ ਨੁਕਸਾਨ ਪੰਜਾਬ 'ਚ ਹੋਏ ਸੀ ਹੜ੍ਹਾਂ ਦੇ ਨਾਲ, ਪਰ ਉਸ ਤੋਂ ਬਾਅਦ ਵੀ ਜਿਹੜਾ ਪ੍ਰਸ਼ਾਸਨ ਆ ਉਸ ਵੱਲੋਂ ਕੋਈ ਵੀ ਪ੍ਰਬੰਧ ਅਜਿਹੇ ਨਹੀਂ ਕੀਤੇ ਗਏ ਕਿ ਜਿਹੜਾ ਅਗਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਵਿਪਤਾ ਆਵੇ ਤਾਂ ਉਸ ਦੇ ਲਈ ਪਹਿਲਾਂ ਤਿਆਰੀ ਹੋਵੇ। ਪਰ ਜਿਹੜੇ ਚੋ ਨੇ ਪੰਜਾਬ ਦੇ ਇਹਨਾਂ ਨੀ ਕੰਢੀ ਇਲਾਕਿਆਂ ਦੇ ਵਿੱਚ ਉਹ ਪੂਰੀ ਤਰ੍ਹਾਂ ਨਾ ਉਹਨਾਂ ਨੂੰ ਸਾਫ਼ ਕੀਤਾ ਜਾਂਦਾ ਆ ਤੇ ਨਾ ਉਹਨਾਂ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਚੰਗਾ ਪ੍ਰਬੰਧ ਹੁੰਦਾ, ਤੇ ਮੋਹਾਲੀ ਦੇ ਵਿੱਚ ਖਾਸ ਕਰਕੇ ਜਿਹੜੀ ਡਿਵੈਲਪਮੈਂਟ ਹੋਈ ਆ ਉਹ ਸਾਰੀ ਇਹਨਾਂ ਚੋਆਂ ਦੇ ਵਿੱਚ ਖੱਡਾਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਸੀ ਕਿਉਂਕਿ ਇਹ ਬਰਸਾਤੀ ਹੁੰਦੇ ਨੇ ਜ਼ਿਆਦਾਤਰ ਇਹ ਸੁੱਕੇ ਰਹਿੰਦੇ ਨੇ, ਪਰ ਹੁਣ ਪਾਣੀ ਆਇਆ ਤਾਂ ਇਹਨਾਂ ਦੇ ਵਿੱਚ ਜਿਹੜੀ ਆ ਉਹ ਇਮਾਰਤਾਂ ਵੱਡੀਆਂ ਵੱਡੀਆਂ ਉਸਾਰੀਆਂ ਗਈਆਂ, ਤੇ ਜਿਹਦੇ ਕਰਕੇ ਜਿਹੜਾ ਪਾਣੀ ਦਾ ਜਿਹੜਾ ਰਾਹ ਆ ਉਹ ਰੁਕਿਆ, ਤੇ ਪਾਣੀ ਫਿਰ ਜਿਹੜਾ ਆ ਆਪਣੇ ਕੁਦਰਤੀ ਰਾਹ ਤੋਂ ਬਾਹਰ ਜਿਹੜਾ ਆ ਫੈਲ ਕੇ ਉਹ ਲੋਕਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ। ਤੇ ਜੁਝਾਰ ਸਿੰਘ, ਹੁਣ ਜਿਹੜਾ ਇਹ ਮਸਲਾ ਆ ਕਿ ਪੰਜਾਬ ਦੀ ਜਿਹੜੀ ਸਥਿਤੀ ਆ, ਪੰਜਾਬ ਫਲੱਡ ਸੈਂਸਿਟਿਵ ਏਰੀਆ ਆ, ਅਸੀਂ ਇਹ ਸਮਝਦੇ ਹਾਂ ਕਿ ਇੱਥੇ ਦਰਿਆਵਾਂ ਦੇ ਵਿੱਚ ਹੜ੍ਹ ਆਉਣੇ ਕੋਈ ਨਵੀਂ ਗੱਲ ਨਹੀਂ, ਇਹ ਕੁਦਰਤੀ ਆ, ਪਰ ਇਹਨਾਂ ਹੜ੍ਹਾਂ ਦੇ ਲਈ ਕੋਈ ਪ੍ਰਬੰਧ ਜਿਹੜੇ ਕਰਨੇ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਉਹ ਕੋਈ ਪ੍ਰਬੰਧ ਕਰਦੀ ਕਿ ਲੋਕ ਜਿਹੜੇ ਆ ਇੰਨਾ ਵੱਡਾ ਨੁਕਸਾਨ ਲੋਕਾਂ ਦਾ ਨਾ ਹੋਵੇ। ਤੁਸੀਂ ਕਿਵੇਂ ਦੇਖਦੇ ਹੋ ਕਿ 2019 ਦੇ ਹੜ੍ਹਾਂ ਤੋਂ ਬਾਅਦ ਜਿਹੜੀ ਹੁਣ ਸਥਿਤੀ ਬਣੀ ਆ ਕਿ ਹਜੇ ਬਰਸਾਤ ਤਾਂ ਆਉਣੀ ਆ, ਇਹ ਹਜੇ ਸ਼ੁਰੂਆਤੀ ਦਿਨ ਨੇ, ਤੇ ਇਸ ਪਹਿਲੇ ਮੀਂਹ ਦੇ ਨਾਲ ਹੀ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਬਦਤਰ ਹੋ ਗਏ ਆ, ਤਾਂ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੇ ਉਹਨਾਂ ਦੀ ਕਤਾਹੀ ਨੂੰ ਕਿਵੇਂ ਦੇਖਦੇ ਹੋ? ਵੇਖੋ ਸੁਖਵਿੰਦਰ ਸਿੰਘ ਜੀ, ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਹਜੇ ਬਰਸਾਤਾਂ ਦੀ ਸ਼ੁਰੂਆਤ ਆ, ਤਾਂ ਇਹ ਟੋਟਲੀ ਮਿਸਮੈਨੇਜਮੈਂਟ ਆ, ਸਿਰਫ ਪੰਜਾਬ ਸਰਕਾਰ ਦੀ ਨਹੀਂ, ਇਹ ਜੋ ਹਿੰਦੁਸਤਾਨ ਨੂੰ ਜਿਸ ਕਿਸਮ ਦਾ ਬਣਾਇਆ ਜਾ ਰਿਹਾ, ਕਿਉਂਕਿ ਜਦੋਂ ਅਸੀਂ ਕਿਸੇ ਅੰਗਰੇਜ਼ ਇਤਿਹਾਸਕਾਰ ਦੀ ਕਿਤਾਬ ਪੜ੍ਹੀਏ ਤਾਂ ਉਹ ਹਿਮਾਚਲ ਦੀਆਂ ਪਹਾੜੀਆਂ ਨੂੰ ਪੰਜਾਬ ਹਿਲਸ ਦਾ ਨਾਮ ਦਿੰਦੇ ਆ, ਜੰਮੂ ਤੇ ਹਿਮਾਚਲ ਦੀਆਂ ਪਹਾੜੀਆਂ ਨੂੰ, ਤਾਂ ਉਹਨਾਂ ਦਾ ਜਿਹੜਾ ਕੁਦਰਤੀ ਵਹਾਅ ਆ ਉਹ ਪੰਜਾਬ ਵੱਲ ਆ। ਪਰ ਜਦੋਂ ਪੰਜਾਬ ਹਿਲਸ ਨੂੰ ਪਹਿਲਾਂ 1966 'ਚ ਪੰਜਾਬ ਤੋਂ ਵੱਖ ਕੀਤਾ ਗਿਆ ਤਾਂ ਉਹਦਾ ਉਹਨੂੰ ਹਿੰਦੁਸਤਾਨ ਦੇ ਨਾਲ ਸਿੱਧਾ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉੱਥੇ ਸੜਕੀ ਆਵਾਜਾਈ ਹੈ ਜਿਹੜੀ, ਉਹ ਸੜਕਾਂ ਦੀ ਡਿਵੈਲਪਮੈਂਟ ਇਸ ਤਰੀਕੇ ਨਾਲ ਕੀਤੀ ਗਈ ਕਿ ਉੱਥੇ ਹਿੰਦੁਸਤਾਨ ਤੋਂ ਵੱਡੇ ਰੋਡ ਲਿਆਂਦੇ ਜਾ ਸਕਣ, ਤੇ ਨਾਲ ਹੀ ਜਿਹੜਾ ਉਹਨਾਂ ਪੰਜਾਬ ਹਿਲਸ ਤੋਂ ਨਿਕਲਣ ਵਾਲੇ ਦਰਿਆ ਵਾ ਉਹਨਾਂ ਦਾ ਵਹਾਅ ਵੀ ਜਿਹੜਾ ਹਿੰਦੁਸਤਾਨ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਜਿਹੜਾ ਮੇਜਰ ਫਾਲਟ ਆ ਉਹ ਉੱਥੇ ਪਿਆ। ਜਿਹਦੀ ਗੱਲ ਭਗਤ ਪੂਰਨ ਸਿੰਘ ਹੋਣੀ ਵੀ 1970-80 ਦੇ ਦਹਾਕੇ 'ਚ ਗੱਲ ਕਹਿੰਦੇ ਰਹੇ ਆ ਕਿ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਿਮਾਲਿਆ ਦੇ ਪਹਾੜ ਤਾਸ਼ ਦੇ ਪੱਤਿਆਂ ਵਾਂਗ ਬਿਖਰਨਗੇ। ਤਾਂ ਇਹ ਸਾਡੇ ਸਾਹਮਣੇ ਆਪਾਂ ਰੋਜ਼ ਖਬਰਾਂ ਦੇ ਵਿੱਚ ਦੇਖਦੇ ਹਾਂ, ਜਦੋਂ ਕਿਤੇ ਘੜੀ ਦੋ ਘੜੀ ਬਾਰਿਸ਼ ਹੁੰਦੀ ਆ ਤਾਂ ਹਿਮਾਚਲ ਦਾ ਕੋਈ ਇਲਾਕਾ ਬਚਦਾ ਹੋਊਗਾ ਜਿੱਥੇ ਸੜਕਾਂ ਨਾ ਡਿੱਗਦੀਆਂ ਹੋਣ, ਢਿੱਗਾਂ ਢਿੱਗਾਂ ਦੇ ਨਾਲ ਆਵਾਜਾਈ ਠੱਪ ਹੋ ਜਾਂਦੀ ਆ। ਤਾਂ ਉਹਦੇ ਨਾਲ ਹੀ ਜਿਹੜਾ ਪਾਣੀ ਦਾ ਫਲੋ ਆ ਉਹ ਇੱਕਦਮ ਨਦੀਆਂ, ਕਿਉਂਕਿ ਜਿਹੜੀ ਉੱਥੇ ਡਿਵੈਲਪਮੈਂਟ ਹੋਈ ਆ ਉਹ ਬਿਲਕੁਲ ਕੁਦਰਤ ਦੇ ਵਿਰੋਧ ਦੇ ਵਿੱਚ ਕਹਿ ਸਕਦੇ ਹਾਂ ਡਿਵੈਲਪਮੈਂਟ ਆ, ਜਿੱਥੇ ਰੋਡ ਨੂੰ ਇੰਨਾ 20 ਤੋਂ 30 ਫੁੱਟ ਚੌੜੇ ਰੋਡ, 40 ਫੁੱਟ ਚੌੜੇ ਰੋਡ, ਇੱਥੋਂ ਤੱਕ ਕਿ ਹੁਣ ਜਿਹੜਾ ਰੀਸੈਂਟ ਇੱਕ ਪ੍ਰੋਜੈਕਟ ਚੱਲ ਰਿਹਾ ਸੀ ਤਾਂ ਉਹਦੇ ਉਸ ਪ੍ਰੋਜੈਕਟ ਦੇ ਮੁਖੀ ਨੇ ਇਸ ਗੱਲ ਤੋਂ ਅਸਤੀਫਾ ਦਿੱਤਾ ਕਿ ਜੋ ਜਿੰਨੇ ਚੌੜੇ ਰੋਡ ਦੀ ਡਿਮਾਂਡ ਕੀਤੀ ਗਈ ਤਾਂ ਉਹਦਾ ਸਾਫ਼ ਕਹਿਣਾ ਸੀ ਕਿ ਪਹਾੜਾਂ ਦੇ ਵਿੱਚ ਇੰਨਾ ਵੱਡਾ ਰੋਡ ਬਣਾਇਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਜਿਹੜੀਆਂ ਉੱਥੇ ਨਦੀਆਂ ਆ, ਬਰਸਾਤੀ ਨਾਲੇ ਆ, ਉਹਨਾਂ ਦੇ ਰਸਤਿਆਂ ਦੇ ਵਿੱਚ ਵੀ ਡਿਵੈਲਪਮੈਂਟ ਕੀਤੀ ਗਈ। ਤਾਂ ਸ਼ੁਰੂਆਤ ਇਸ ਚੀਜ਼ ਦੀ ਸਾਰੀ ਪਹਾੜਾਂ ਤੋਂ ਹੁੰਦੀ ਹੈ, ਜਦੋਂ ਭਾਰੀ ਮਾਤਰਾ ਦੇ ਵਿੱਚ ਮੀਂਹ ਪੈਂਦਾ ਆ ਤਾਂ ਉਹਦਾ ਸਿੱਧਾ ਫਲੋ ਜਿਹੜਾ ਆ
ਉਹ ਡੈਮਾਂ ਤੇ ਪਹੁੰਚਦੇ ਆ। ਡੈਮਾਂ ਜਿਹੜੀਆਂ ਇੱਕ ਹਾਈਡਰੋ ਪੰਪ ਦੇ ਰੂਪ ਦੇ ਵਿੱਚ ਕਹਿ ਸਕਦੇ ਆ ਕਿ ਇੱਕ ਜਲ ਪੰਪ ਦੇ ਰੂਪ ਦੇ ਵਿੱਚ ਪੰਜਾਬ ਦੇ ਬਿਲਕੁਲ ਸਰਾਣੇ ਤੇ ਨੇ। ਹਾਲਾਂਕਿ ਉਹਨਾਂ ਦਾ ਕੰਟਰੋਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਕੋਲ ਆ, ਜਿਹਦੇ ਵਿੱਚ ਪੰਜਾਬ ਦੀ ਹੁਣ ਕੋਈ ਸੇਹ ਨਹੀਂ ਰਹੀ। ਤੇ ਉਹ ਜਿਹੜੇ ਜੇ ਆਪਾਂ ਉਹਨੂੰ ਨਕਸ਼ੇ ਤੇ ਵੇਖੀਏ ਤਾਂ ਉਹ ਹਿਮਾਚਲ ਦੇ ਵਿੱਚ ਲੋਕੇਟਡ ਨੇ ਸਾਰੇ ਡੈਮ, ਉਹ ਭਰਦੇ ਨੇ ਤਾਂ ਉੱਥੋਂ ਪਾਣੀ ਅੱਗੇ ਛੱਡਿਆ ਜਾਂਦਾ। ਤਾਂ ਹਜੇ ਦੇਖਿਆ ਜਾਏ ਤਾਂ ਜੇਠ ਦੇ ਮਹੀਨੇ ਦਾ ਆਖਰੀ ਹਫ਼ਤਾ ਚੱਲ ਰਿਹਾ, ਸਾਉਣ ਹਾੜ ਦੇ ਮਹੀਨੇ ਦਾ ਆਖਰੀ ਹਫ਼ਤਾ ਚੱਲ ਰਿਹਾ, ਅੱਗੋਂ ਸਾਉਣ ਮਹੀਨਾ ਚੜ੍ਹਨਾ ਆ। ਤਾਂ ਸਾਉਣ 'ਚ ਬਰਸਾਤਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ, ਸਾਉਣ ਭਾਦੋਂ ਦੇ ਵਿੱਚ। ਜੇ ਇਸ ਮਹੀਨੇ ਦੇ ਵਿੱਚ ਹੀ ਭਾਖੜਾ ਡੈਮ ਜਿਹੜਾ ਭਰਨ ਦੇ ਕੰਢੇ ਤੇ ਪਹੁੰਚ ਚੁੱਕਾ ਆ, ਪੌਂਗ ਡੈਮ ਆ ਉਹ ਭਰਨ ਦੇ ਕੰਢੇ ਤੇ ਪਹੁੰਚ ਚੁੱਕਾ ਆ, ਤਾਂ ਇਸ ਵਾਰ ਪੰਜਾਬ ਦੇ ਵਿੱਚ ਜੇ ਪਿਛਲੇ ਮਹੀਨੇ 'ਚ ਬਾਰਿਸ਼ ਹੁੰਦੀ ਆ ਤਾਂ ਪਿਛਲੇ ਪਹਿਲੇ ਹੜ੍ਹਾਂ ਦੇ ਮੁਕਾਬਲੇ ਬਹੁਤ ਵੱਡੀ ਤਬਾਹੀ ਵੇਖਣ ਨੂੰ ਮਿਲ ਸਕਦੀ ਆ। ਤੇ ਤਬਾਹੀ ਉਹਨਾਂ ਦਿਨਾਂ ਦੇ ਵਿੱਚ ਹੋਊਗੀ ਜਦੋਂ ਪੰਜਾਬ ਦੇ ਵਿੱਚ 100% ਫਸਲ ਦੀ ਬਿਜੋਤ ਹੋ ਚੁੱਕੀ ਹੋਊਗੀ। ਤਾਂ ਪੰਜਾਬ ਦੇ ਵਿੱਚ ਤਕਰੀਬਨ 90% ਦੇ ਰਕਬੇ ਦੇ ਉੱਪਰ ਫਸਲ ਬੀਜੀ ਜਾ ਚੁੱਕੀ ਆ। ਤਾਂ ਕਿਸਾਨ ਵੱਲੋਂ ਆਪਣਾ ਜਿੰਨਾ ਖਰਚਾ ਕੀਤਾ ਜਾਣਾ ਸੀ ਉਹ ਕਰ ਚੁੱਕਾ ਆ। ਤਾਂ ਉਸ ਤੋਂ ਬਾਅਦ ਹੁਣ ਇਹ ਵੇਖਣਾ ਬਣਦਾ ਹੈ ਕਿ ਜੋ ਕੁਦਰਤ ਨੇ ਸਿਰਫ ਇੱਕ ਦਿਨ ਦੀ ਬਾਰਿਸ਼ ਦੇ ਨਾਲ ਪੰਜਾਬ ਦੇ ਕਰੀਬ 10 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਨੇ। ਜੇ ਇਹ ਬਾਰਿਸ਼ ਲੰਮਾ ਸਮਾਂ ਜਾਰੀ ਰਹਿੰਦੀ ਆ ਤਾਂ ਮੈਨੂੰ ਲੱਗਦਾ ਕਿ ਮਾਲਵੇ ਦਾ ਇੱਕ ਵੱਡਾ ਹਿੱਸਾ ਜਿਹੜਾ ਕਿ ਪਟਿਆਲੇ ਵਾਲੀ ਸਾਈਡ ਤੋਂ ਸ਼ੁਰੂਆਤ ਹੋ ਚੁੱਕੀ ਆ, ਘੱਗਰ ਨਦੀ ਆ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ। ਅੱਜ ਖਨੌਰੀ ਦੀ ਹੁਣ ਲੇਟੈਸਟ ਅਪਡੇਟ ਆਈ ਹੈ ਕਿ ਖਨੌਰੀ ਦੇ ਵਿੱਚ ਘੱਗਰ ਦਰਿਆ ਆ ਖਤਰੇ ਦੇ ਨਿਸ਼ਾਨ ਨੂੰ ਛੂਹ ਚੁੱਕਾ ਆ। ਤਾਂ ਇਵੇਂ ਇੱਥੋਂ ਪਟਿਆਲੇ ਤੋਂ ਰਾਜਪੁਰੇ ਤੋਂ ਹੁੰਦਾ ਆ ਸਮਾਣਾ ਪਾਤਣਾ ਵੱਲ ਇਹ ਪਾਣੀ ਜਿਹੜਾ ਵੱਧਦਾ ਜਾਏਗਾ। ਘੱਗਰ ਦਰਿਆ ਦਾ SYL ਦੇ ਵਿੱਚ ਵੀ ਪਾਣੀ ਜਿਹੜਾ ਉਹ ਆ ਚੁੱਕਾ ਆ। ਇਸ ਤੋਂ ਇਲਾਵਾ ਜੇ ਆਪਾਂ ਲਹਿੰਦੇ ਪਾਸੇ ਵੇਖੀਏ ਤਾਂ ਸਤਲੁਜ ਦਰਿਆ ਦੇ ਵਿੱਚ ਜੋ ਪਾਣੀ ਭਾਖੜਾ ਤੋਂ ਆ ਰਿਹਾ, ਇਸ ਤੋਂ ਇਲਾਵਾ ਸਹਾਇਕ ਨਦੀਆਂ ਤੋਂ ਆ ਰਿਹਾ, ਤਾਂ ਜਦੋਂ ਉਹ ਹਰੀਕੇ ਹੈੱਡ ਤੇ ਪਹੁੰਚੇਗਾ ਤਾਂ ਉੱਥੋਂ 31 ਫਲੱਡ ਗੇਟ, ਮੈਨੂੰ ਲੱਗਦਾ ਕਿ ਬਹੁਤ ਰੇਅਰ ਇੱਦਾਂ ਹੁੰਦਾ ਹੋਊਗਾ ਕਿ ਸਾਰੇ ਫਲੱਡ ਗੇਟ ਖੋਲ੍ਹਣੇ ਪੈ ਜਾਣ। ਹਰੀਕੇ ਹੈੱਡ ਵਰਕਸ ਦੇ ਇਸ ਸਮੇਂ 31 ਫਲੱਡ ਗੇਟ ਖੋਲ੍ਹ ਦਿੱਤੇ ਗਏ ਨੇ। ਅਤੇ ਜੇ ਇਹਦਾ ਵਹਾਅ ਪਾਣੀ ਦਾ ਨਹੀਂ ਘਟਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਲਾਲਾਬਾਦ ਫਜ਼ਿਲਕਾ ਵਾਲੀ ਪਾਸੇ ਨੂੰ ਜਿਹੜਾ ਪਾਣੀ ਫਿਰੋਜ਼ਪੁਰ ਤੋਂ ਹੁੰਦਾ ਹੋਇਆ ਵਧੇਗਾ, ਅਤੇ ਜਿਹਦੇ ਨਾਲ ਭਾਰੀ ਨੁਕਸਾਨ ਜਿਹੜਾ ਹੈ ਫਸਲਾਂ ਦਾ ਅਤੇ ਹੋਰ ਵੀ ਜਨ ਜੀਵਨ ਦਾ ਵੇਖਣ ਨੂੰ ਮਿਲ ਸਕਦਾ ਹੈ। ਤਾਂ ਮੈਂ ਇਹਦੇ ਵਿੱਚ ਕੁਛ ਚੀਜ਼ਾਂ ਨੋਟ ਕੀਤੀਆਂ ਜਿਹੜੀਆਂ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਹੁਣ ਤੱਕ ਜਿਹੜੀਆਂ 8 ਦੇ ਕਰੀਬ ਮੌਤਾਂ 6 ਤਾਂ ਪ੍ਰਸ਼ਾਸਨ ਵੱਲੋਂ ਕਨਫਰਮ ਕੀਤੀਆਂ ਜਾ ਚੁੱਕੀਆਂ ਨੇ ਪੰਜਾਬ 'ਚ ਹੋਈਆਂ, ਅਤੇ ਪਸ਼ੂਆਂ ਦੀ ਦਰਜਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਜੋ ਹਜੇ ਤੱਕ ਕਿਸੇ ਵੀ ਤਰ੍ਹਾਂ ਦੇ ਅਧਿਕਾਰਿਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬ 'ਚ ਇਸ ਸਮੇਂ 14 NDRF ਦੀਆਂ ਟੀਮਾਂ ਸਰਗਰਮ ਨੇ, ਅਤੇ ਪਟਿਆਲੇ ਦੇ ਵਿੱਚ ਕਈ ਜਿੱਥੇ ਹਾਲਾਤ ਬੇਹੱਦ ਨਾਜ਼ੁਕ ਨੇ ਉੱਥੇ ਫੌਜ ਵੀ ਬੁਲਾਈ ਗਈ ਆ। ਅਤੇ ਪਟਿਆਲੇ ਦੇ ਵਿੱਚ 13 ਤਰੀਕ ਤੱਕ ਸਾਰੇ ਸਕੂਲ ਜਿਹੜੇ ਆ ਬੰਦ ਕਰ ਦਿੱਤੇ ਗਏ ਆ। ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਕੱਲ੍ਹ ਸ਼ਾਮ 5 ਵਜੇ ਰੂਪਨਗਰ ਆ ਜੋ ਰੋਪੜ ਦਾ ਹੈੱਡ ਵਰਕਸ ਆ, ਉੱਥੇ ਭਾਖੜਾ ਤੋਂ 1,36,000 ਕਿਊਸਿਕ ਪਾਣੀ ਆਇਆ ਆ। ਇਸ ਤੋਂ ਇਲਾਵਾ ਸਰਸਾ ਨਦੀ ਹੈ ਜਿਹੜੀ ਉਹਦੇ ਵਿੱਚ 43,000 ਕਿਊਸਿਕ ਪਾਣੀ ਆਇਆ ਆ। ਅਤੇ ਉੱਥੇ ਕੁੱਲ ਮਿਲਾ ਕੇ ਪਾਣੀ ਦੀ ਜਿਹੜੀ ਮਿਕਦਾਰ ਆ ਉਹ 1,81,000 ਕਿਊਸਿਕ ਹੋ ਚੁੱਕੀ ਆ। ਉਸ ਤੋਂ ਅੱਗੇ ਆਈਏ ਤਾਂ ਬੁਦਕੀ ਨਦੀ ਤੋਂ 24,000 ਕਿਊਸਿਕ, ਸਗਰਾਓ ਨਦੀ ਤੋਂ 30,000, ਸਿਸਵਾਂ ਨਦੀ ਤੋਂ 16,000 ਕਿਊਸਿਕ ਪਾਣੀ ਆ ਰਿਹਾ ਆ। ਤਾਂ ਇਹ ਸਾਰਾ ਪਾਣੀ ਸਤਲੁਜ 'ਚ ਸ਼ਾਮਿਲ ਹੋ ਕੇ ਹਰੀਕੇ ਜਾਊਗਾ, ਤਾਂ ਇਸ ਵਾਰ ਪੰਜਾਬ ਦਾ ਜਿਹੜਾ ਪੱਛਮੀ ਪਾਸਾ ਆ ਉਹਦੇ ਵਿੱਚ ਵੀ ਤਬਾਹੀ ਵੇਖਣ ਨੂੰ ਮਿਲ ਸਕਦੀ ਆ। ਤਾਂ ਜਿਹੜੀ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ, 2019 ਦੇ ਵਿੱਚ ਦੁਆਬੇ ਦੇ ਵਿੱਚ ਆਪਾਂ ਵੇਖਿਆ ਕਿ ਵੱਡੀ ਗਿਣਤੀ 'ਚ ਨੁਕਸਾਨ ਹੋਇਆ, ਤਾਂ ਇਸ ਵਾਰ ਫਿਰ ਉਹਨਾਂ ਜਗ੍ਹਾ ਤੋਂ ਪਾੜ ਪਿਆ। ਪਿਛਲੇ 6 ਮਹੀਨੇ ਤੋਂ ਉਸ ਇਲਾਕੇ ਦੇ ਲੋਕ ਇਹ ਗੱਲ ਕਹਿ ਰਹੇ ਸੀ ਕਿ ਸਤਲੁਜ ਦੀ ਜਿਹੜੀ ਤੁਸੀਂ ਆ ਉਹਨੂੰ ਪੱਕਿਆ ਕੀਤਾ ਜਾਵੇ। ਤਾਂ ਉਸੇ ਇਲਾਕੇ ਤੋਂ ਲੋਹੀਆਂ ਖਾਸ ਦੇ ਇਲਾਕੇ ਦੇ ਵਿੱਚ 2 ਪਾੜ ਪਏ ਨੇ ਰਾਤ, ਉਹ ਪਾੜ ਏਡੇ ਵੱਡੇ ਨੇ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਪੂਰਿਆ ਨਹੀਂ ਜਾ ਸਕਦਾ, ਤੇ ਉੱਪਰੋਂ ਸਤਲੁਜ ਦੇ ਵਿੱਚ 2,00,000 ਕਿਊਸਿਕ ਤੋਂ ਵੱਧ ਪਾਣੀ ਆ ਰਿਹਾ। ਤਾਂ ਉਹ ਇਲਾਕਾ ਇਸ ਵਾਰ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ, ਤੇ ਹਜੇ ਉਹਦੀ ਹਾਲਤ ਜਿਹੜੀ ਹੋਰ ਗੰਭੀਰ ਹੋਣ ਦੀ ਸੰਭਾਵਨਾ ਆ। ਦੂਜੇ ਪਾਸੇ ਫਲੋਰ ਵਾਲਾ ਟੋਲ ਪਲਾਜ਼ਾ ਉਹਦੇ ਬਿਲਕੁਲ ਨਜ਼ਦੀਕ ਪਾਣੀ ਪਹੁੰਚ ਚੁੱਕਾ ਹੈ। ਬਿਲਕੁਲ ਜੀ ਆਰ ਸਿੰਘ, ਜਿਹੜੇ ਹਾਲਾਤ ਨੇ ਇਹ ਬੜੇ ਖਤਰਨਾਕ ਨੇ ਪੰਜਾਬ ਦੇ ਬਣੇ ਹੋਏ, ਤੇ ਅਗਲੇ ਦਿਨਾਂ ਦੇ ਵਿੱਚ ਹੀ ਲੋਕ ਹੁਣ ਅਰਦਾਸਾਂ ਕਰ ਰਹੇ ਨੇ ਕਿ ਕੋਈ ਅਕਾਲ ਪੁਰਖ ਕਿਰਪਾ ਕਰੇ ਕਿ ਜਿਹੜੀ ਇਹ ਤ੍ਰਾਸਦੀ ਆ ਇਸ ਤੋਂ ਬਚਾਇਆ ਜਾਵੇ। ਪ੍ਰਸ਼ਾਸਨਿਕ ਪੱਧਰ ਤੇ ਤਾਂ ਸਾਰਾ ਕੁਝ ਫੇਲ ਹੋ ਚੁੱਕਿਆ ਹੈ। ਰਜਿੰਦਰ ਸਿੰਘ ਜੀ, ਜਿਹੜੀ ਚੰਡੀਗੜ੍ਹ ਦੀ ਗੱਲ ਆ, ਇਹ ਵੀ ਦੇਖਣ 'ਚ ਆਇਆ ਕਿ ਜਿਹੜੇ ਚੰਡੀਗੜ੍ਹ ਨੂੰ ਕਿਹਾ ਜਾਂਦਾ ਕਿ ਵੈਲ ਡਿਵੈਲਪਡ ਸਿਟੀ ਆ, ਇੱਥੇ ਬੜੇ ਸੁਚਾਰੂ ਪ੍ਰਬੰਧ ਨੇ, ਪਰ ਚੰਡੀਗੜ੍ਹ ਵੀ ਜਿਹੜਾ ਆ ਉਹ ਇਸ ਮੀਂਹ ਦੇ ਨਾਲ ਉਹਦੇ ਵੀ ਜਿਹੜੇ ਪ੍ਰਬੰਧ ਨੇ ਧਰੇ ਧਰਾਏ ਰਹਿ ਗਏ। ਕੀ ਹਾਲਾਤ ਜਿਹੜੇ ਖਰੜ ਮੋਹਾਲੀ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਆ ਸਾਰੀ, ਇਹਦੇ ਵਿੱਚ ਕੀ ਦੇਖਣ ਨੂੰ ਮਿਲਿਆ? ਮਤਲਬ ਤੁਸੀਂ ਜ਼ਰੂਰ ਦੱਸੋ ਵੀ ਜਿਹੜਾ ਦਰਸ਼ਕਾਂ ਨੂੰ ਵੀ ਜਿਹੜੀ ਡਿਵੈਲਪਮੈਂਟ ਆ ਉਸਨੇ ਕਿਵੇਂ ਇਸ ਵਾਰ ਜਿਹੜੀ ਸਥਿਤੀ ਆ ਉਸਨੂੰ ਖਤਰਨਾਕ ਪੱਧਰ ਤੱਕ ਪਹੁੰਚਾਇਆ।
ਬਿਲਕੁਲ ਜੀ, ਜਿਵੇਂ ਤੁਸੀਂ ਡਿਵੈਲਪਮੈਂਟ ਦਾ ਜ਼ਿਕਰ ਕੀਤਾ, ਖਾਸ ਕਰ ਤਕਰੀਬਨ ਅਜੇ ਮੈਨੂੰ ਲੱਗਦਾ ਕਿ ਇੱਕ ਦੋ ਇੱਕ ਸਾਲ ਵੀ ਨਹੀਂ ਹੋਇਆ, ਸਾਲ ਦੇ ਕਰੀਬ ਦਾ ਸਮਾਂ ਹੋਇਆ ਹੈ। ਤਾਂ ਜਿਹੜਾ ਖਾਸ ਕਰ ਜਦੋਂ ਅਸੀਂ ਜਿਹੜਾ ਖਰੜ ਤੋਂ ਅਸੀਂ ਜਦੋਂ ਲੁਧਿਆਣਾ ਨੂੰ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਬਿਲਕੁਲ ਆਰੰਭ ਦੇ ਵਿੱਚ ਹੀ ਖਰੜ ਦੇ ਇੱਕ ਨਵਾਂ ਜਿਹੜਾ ਪੁਲ ਬਣਿਆ ਹੋਇਆ ਸ਼ੁਰੂ ਹੋ ਜਾਂਦਾ ਹੈ। ਤੇ ਜਿਹੜੀਆਂ ਪ੍ਰਸ਼ਾਸਨ ਦੀਆਂ ਜਾਂ ਸਰਕਾਰ ਦੇ ਵੱਲੋਂ ਡਿਵੈਲਪਮੈਂਟ ਦੀਆਂ ਕਿਤੇ ਨਾ ਕਿਤੇ ਡੀਂਗਾਂ ਮਾਰੀਆਂ ਜਾਂਦੀਆਂ ਤਾਂ ਉਹਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਕਿ ਉਹ ਜਿਹੜਾ ਬਣਿਆ ਹੋਇਆ ਪੁਲ ਹੈ ਕਿਤੇ ਨਾ ਕਿਤੇ ਉਹ ਵੀ ਗਿਰਨ ਦੇ ਕਿਨਾਰੇ ਆ ਚੁੱਕਾ ਹੈ। ਬਿਲਕੁਲ ਉਹਦੇ ਵਿੱਚ ਦਰਾੜਾਂ ਆ ਚੁੱਕੀਆਂ ਨੇ। ਪਰ ਦੂਜੇ ਪਾਸੇ ਦੇਖਿਆ ਜਾਵੇ ਕਿ ਜਿਹੜੀ ਇੱਕ ਗੈਰ ਕੁਦਰਤੀ ਚੀਜ਼ਾਂ ਹੈ, ਜਿਸ ਤਰੀਕੇ ਦੇ ਨਾਲ ਹੰਸਲਾ ਨਦੀ ਦਾ ਜ਼ਿਕਰ ਕੀਤਾ ਜਾਂਦਾ, ਜਿਹੜੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਜਦੋਂ ਅਸੀਂ ਇਤਿਹਾਸਕ ਸਥਾਨ ਦੀ ਗੱਲ ਕਰਦੇ ਹਾਂ ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਇੱਕ ਕਹਿ ਸਕਦੇ ਹਾਂ ਕਿ ਉੱਥੇ ਇਤਿਹਾਸਕ ਸਥਾਨ ਬਣਿਆ ਹੋਇਆ ਠੰਡਾ ਬੁਰਜ ਦੇ ਨਾਮ ਦੇ ਹੇਠ, ਉਹਦੇ ਪਿਛਲੇ ਪਾਸੇ ਹੰਸਲਾ ਨਦੀ ਲੰਘਦੀ ਹੈ। ਤਾਂ ਬਿਲਕੁਲ ਜਿਹੜੇ ਲੋਕ ਨੇ ਉਹਨਾਂ ਨੇ ਬਿਲਕੁਲ ਹੰਸਲਾ ਨਦੀ ਨੂੰ ਪੂਰ ਕੇ ਤੇ ਉੱਥੇ ਵਸੋਂ ਦਾ ਟਿਕਾਣਾ ਕੀਤਾ ਹੋਇਆ ਸੀ। ਜਿਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਸੀਂ ਅਜਿਹੀਆਂ ਖਬਰਾਂ ਸੁਣੀਆਂ ਕਿ ਜਿਹੜੀਆਂ ਕਾਰਾਂ ਸੀ ਉਹ ਪਾਣੀ ਦੇ ਵਿੱਚ ਤਰਦੀਆਂ ਨਜ਼ਰ ਆ ਰਹੀਆਂ ਸੀ। ਇਸੇ ਤਰ੍ਹਾਂ ਦਾ ਦ੍ਰਿਸ਼ ਉਸ ਫਤਿਹਗੜ੍ਹ ਸਾਹਿਬ ਦੀ ਜਿਹੜੀ ਸ਼ਹੀਦਾਂ ਦੀ ਪਾਵਨ ਧਰਤੀ ਹੈ ਉਸ ਜਗ੍ਹਾ ਦੇ ਉੱਪਰ ਵੀ ਦੇਖਣ ਨੂੰ ਮਿਲਿਆ। ਭਾਵ ਕਿ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਅਣਗਹਿਲੀਆਂ ਵਰਤੀਆਂ ਗਈਆਂ ਜਾਂ ਡਿਵੈਲਪਮੈਂਟ ਦਾ ਕਿਤੇ ਨਾ ਕਿਤੇ ਜਿਹੜੀ ਡੌਂਦੀ ਪਿੱਟੀ ਜਾਂਦੀ ਹੈ, ਇਹਦੀਆਂ ਜਿਹੜੀਆਂ ਤਮਾਮ ਸਾਰੀਆਂ ਕਿਤੇ ਨਾ ਕਿਤੇ ਅਣਗਹਿਲੀਆਂ ਕਹੀਆਂ ਜਾ ਸਕਦੀਆਂ ਨੇ, ਉਹ ਤਮਾਮ ਤਰ੍ਹਾਂ ਦੇ ਨਾਲ ਸਾਹਮਣੇ ਆ ਰਹੀਆਂ ਨੇ। ਤੇ ਇਹਦੇ ਨਾਲ ਇੱਕ ਵੱਡਾ ਸਵਾਲ ਇਹ ਵੀ ਜੁੜ ਜਾਂਦਾ ਕਿ ਇਹਦੇ ਨਾਲ ਜਿਹੜੇ ਲੋਕਾਂ ਦੇ ਵੱਲੋਂ ਜਿਹੜੀਆਂ ਵੱਡੀਆਂ ਕਿਤੇ ਨਾ ਕਿਤੇ ਕੁਤਾਹੀਆਂ ਵਰਤੀਆਂ ਜਾ ਰਹੀਆਂ ਇੱਕ ਗੈਰ ਕੁਦਰਤੀ ਤਰੀਕੇ ਦੇ ਨਾਲ, ਤੇ ਜਿਹੜੀ ਕੁਦਰਤ ਹੈ ਉਹ ਲੋਕਾਂ ਨੂੰ ਅਲਰਟ ਕਰਦੀ ਵੀ ਨਜ਼ਰ ਆਉਂਦੀ ਇਸ ਗੱਲ ਦੇ ਵਿੱਚ। ਬਿਲਕੁਲ ਜੀ, ਜੀਆਰ ਸਿੰਘ ਜਿਹੜਾ ਹੁਣ ਮਸਲਾ ਟੈਕਨੀਕਲ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਉਹਦੇ ਚ ਇਹ ਆ ਕਿ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਕਿ ਪਿਛਲੇ ਇਹ ਹਿੰਦੁਸਤਾਨ ਟਾਈਮ ਦੀ ਰਿਪੋਰਟ ਆ, ਕਿਉਂਕਿ ਸਾਡੇ ਤੱਕ ਜਿਹੜੀਆਂ ਹਜੇ ਜਾਣਕਾਰੀਆਂ ਨੇ ਕੀ ਹਾਲਾਤ ਨੇ ਭਾਖੜਾ ਡੈਮ ਦੇ ਉਹ ਤਾਂ ਇਹਨਾਂ ਦੇ ਰਾਹੀਂ ਪਹੁੰਚ ਰਹੀ ਹੈ। ਸਰਕਾਰ ਦਾ ਵੀ ਅਧਿਕਾਰਤ ਬਿਆਨ ਹਜੇ ਤੱਕ ਨਹੀਂ ਆਇਆ, ਪਰ ਕਿਹਾ ਜਾ ਰਿਹਾ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ 8 ਫੁੱਟ ਜਿਹੜਾ ਪੱਧਰ ਆ ਪਾਣੀ ਦਾ ਉਹ ਵਧਿਆ ਆ, ਤੇ ਇਹ ਪੱਧਰ ਜਿਹੜਾ ਉਦੋਂ ਵੱਧ ਰਿਹਾ ਜਦੋਂ ਕਾਫੀ ਪਾਣੀ ਉੱਥੋਂ ਰਿਲੀਜ਼ ਵੀ ਕੀਤਾ ਜਾ ਰਿਹਾ, ਤਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਪਾਣੀ ਆ ਉਹ ਭਾਖੜਾ ਡੈਮ ਤੱਕ ਪਹੁੰਚ ਰਿਹਾ ਆ। ਤੇ ਇਸ ਤੋਂ ਇਲਾਵਾ ਜਿਹੜਾ ਖਤਰਨਾਕ ਗੱਲ ਆ ਕਿ ਜਿਹੜੀ ਸਰਸਾ ਨਦੀ ਆ, ਸਵਾ ਨਦੀ ਆ, ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਇਹ ਨਦੀਆਂ ਆਪਣੇ ਜਿਹੜਾ ਪਹਿਲੀ ਜਿਹੜਾ ਫਲੱਡ ਏਰੀਆ ਆ ਉਸ ਤੋਂ ਬਾਹਰ ਵਹਿ ਰਹੀਆਂ ਨੇ, ਤਾਂ ਇਸ ਤੋਂ ਇਸ ਦੇ ਨਾਲ ਜਿਹੜਾ ਮਤਲਬ ਚੋਕ ਵੀ ਹੋ ਸਕਦਾ ਪਾਣੀ, ਤੇ ਜੇ ਭਾਖੜਾ ਡੈਮ ਦੇ ਵਿੱਚ ਇਸੇ ਤਰ੍ਹਾਂ ਪਾਣੀ ਵੱਧਦਾ ਰਿਹਾ ਤੇ ਅੱਗੇ ਜਿਹੜਾ ਬਰਸਾਤ ਆ, ਜੇ ਇਹ ਹੁਣ ਕੁਦਰਤ ਦੇ ਹੱਥ 'ਚ ਆ, ਜੇ ਉਹ ਬਰਸਾਤ ਇਸੇ ਤਰ੍ਹਾਂ ਜਾਰੀ ਰਹਿੰਦੀ ਆ, ਤਾਂ ਕਿ ਜਿਹੜੇ ਹਾਲਾਤ ਨੇ ਉਹ ਬੜੇ ਖਤਰਨਾਕ ਪੰਜਾਬ ਦੇ ਵਿੱਚ, ਤੇ ਖਾਸ ਤੌਰ ਤੇ ਜਿਹੜਾ ਪਾਕਿਸਤਾਨ ਦੇ ਪੰਜਾਬ ਦਾ ਇਲਾਕਾ ਜਿਹੜਾ ਇਹਦੀ ਮਾਰ ਹੇਠ ਹੁੰਦਾ ਆ ਆਪਣੇ ਹੜਾਂ ਦੀ, ਤੇ ਉਹ ਸਾਰਾ ਹੀ ਇਹ ਇਲਾਕਾ ਪੰਜਾਬ ਦੀ ਸਿਵਲਾਈਜੇਸ਼ਨ ਜਿਹੜੀ ਆ ਉਹ ਬੜੇ ਖਤਰਨਾਕ ਮੋੜ ਤੇ ਖੜੀ ਆ। ਤਾਂ ਇਹਦੇ ਵਿੱਚ ਜਿਹੜਾ ਪੰਜਾਬ ਦੇ ਹੁਣ ਗੱਲ ਆਉਂਦੀ ਆ ਕਿ ਨੁਕਸਾਨ ਰਾਇਪੇਰੀਅਨ ਸਿਧਾਂਤ ਜਿਹੜਾ ਆ ਉਹਦੇ ਬਾਰੇ ਵੀ ਬੜੀਆਂ ਟਿੱਪਣੀਆਂ ਦੇਖਣ ਨੂੰ ਮਿਲੀਆਂ ਪਿਛਲੇ ਦਿਨੀਂ। ਆਮ ਆਦਮੀ ਪਾਰਟੀ ਦੇ ਸਪੋਰਟਰ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਕਰਦੇ ਨਜ਼ਰ ਆਏ ਕਿ ਹੁਣ ਜਿਹੜਾ ਪਾਣੀ ਆ ਉਹ ਰੋਕ ਲਓ ਪੰਜਾਬ ਵਾਲੇ ਜਿਹੜੇ ਆ ਰਾਜਸਥਾਨ ਜਾਂ ਹਰਿਆਣੇ ਜਾਣ ਤੋਂ। ਤਾਂ ਜਿਹੜੀ ਗੱਲ ਇਹ ਆ ਕਿ ਰਿਪੇਰੀਅਨ ਸਿਧਾਂਤ ਮੁਤਾਬਕ ਇਹੀ ਆ ਕਿ ਨੁਕਸਾਨ ਪੰਜਾਬ ਝੱਲ ਰਿਹਾ, ਸਾਰੀ ਦੁਨੀਆ ਦੇਖ ਰਹੀ ਆ, ਹਰ ਵਾਰ ਹੜ੍ਹਾਂ ਦਾ ਨੁਕਸਾਨ ਪੰਜਾਬ ਝੱਲਦਾ ਆ। ਤਾਂ ਮਤਲਬ ਇਹ ਜਿਹੜੇ ਹਾਲਾਤ ਨੇ ਜਿਹੜੇ ਬਣੇ ਹੋਏ ਆ ਵੀ ਪੰਜਾਬ ਤੇ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਹਰ ਪੱਖੋਂ ਹੀ ਪੰਜਾਬ ਨੁਕਸਾਨ ਝੱਲ ਰਿਹਾ, ਹੜ੍ਹਾਂ ਦਾ ਨੁਕਸਾਨ ਵੀ ਝੱਲਦਾ, ਜਦੋਂ ਪਾਣੀ ਆਪਣਾ ਸਲੋ ਹੁੰਦਾ ਆ ਉਦੋਂ ਪਾਣੀ ਨਹਿਰਾਂ ਦੇ ਰਾਹੀਂ ਦੂਜੇ ਸੂਬਿਆਂ 'ਚ ਲੈ ਜਾਂਦੇ ਆ। ਬਿਲਕੁਲ ਸੁਖਵਿੰਦਰ ਸਿੰਘ, ਜਿਹੜੀ ਗੱਲ ਤੁਸੀਂ ਆਮ ਆਦਮੀ ਪਾਰਟੀ ਦੇ ਸਪੋਰਟਰਸ ਦੀ ਕੀਤੀ, ਤਾਂ ਮੈਂ ਕਹਾਂਗਾ ਕਿ ਇੰਨੀ ਘਟੀਆ ਤੇ ਗੁਲਾਮੀ ਵਾਲੀ ਜ਼ਹਿਨੀਅਤ ਦੇ ਵਿੱਚ ਇਹ ਗੱਲ ਆ ਸਕਦੀ ਹੈ ਕਿ ਪੰਜਾਬ ਅਸੀਂ ਪਾਣੀ ਦੀ ਜਿਹੜੀ ਮੰਗ ਆ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਉਹ 12 ਮਹੀਨੇ ਪੰਜਾਬ ਨੂੰ, ਪੰਜਾਬ ਦੇ ਹਰ ਘਰ ਹਰ ਖੇਤ ਨੂੰ, ਪੰਜਾਬ ਦੇ ਦਰਿਆ ਜਿਹੜੇ ਆ ਉਹ ਸਿੰਜਣ, ਇਹ ਮੰਗ ਆ ਉਹਦੇ ਵਿੱਚ। ਕਿਉਂਕਿ ਜਿਹੜਾ ਗਰਾਊਂਡ ਵਾਟਰ ਆ ਦੁਨੀਆਂ ਦਾ ਇਹੋ ਜਿਹਾ ਸਰਮਾਇਆ ਆ ਕਿ ਦੁਨੀਆਂ ਦੇ ਵਿੱਚ ਲੋਕ ਹਰ ਹੀਲਾ ਵਰਤਦੇ ਆ ਵੀ ਗਰਾਊਂਡ ਵਾਟਰ ਨੂੰ ਬਚਾਇਆ ਜਾ ਸਕੇ, ਤਾਂ ਪੰਜਾਬ ਦਾ ਬੇਸ਼ਕੀਮਤੀ ਪਾਣੀ ਆ ਜੋ ਪਿਛਲੇ 5 ਦਹਾਕਿਆਂ ਦੇ ਵਿੱਚ ਹਰੀ ਕ੍ਰਾਂਤੀ ਦੇ ਨਾਮ ਤੇ ਉਜਾੜਿਆ ਜਾ ਰਿਹਾ, ਪੰਜਾਬ ਦੇ ਕਿਸਾਨਾਂ ਨੂੰ ਸਿਰਫ 1-2 ਫਸਲਾਂ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ। ਅਸੀਂ ਹਸ਼ਰ ਵੇਖਿਆ ਆ ਮੱਕੀ ਦਾ, ਮੂੰਗੀ ਦਾ, ਹਰ ਉਹ ਫਸਲ ਦਾ ਜਿਹਦੇ ਵਿੱਚ ਪਾਣੀ ਦੀ ਖਪਤ ਝੋਨੇ ਦੇ ਮੁਕਾਬਲੇ ਘੱਟ ਆ, ਤਾਂ ਉਹਦਾ ਹਸ਼ਰ ਅਸੀਂ ਵੇਖ ਚੁੱਕੇ ਹਾਂ। ਤਾਂ ਇੱਥੇ ਇੱਕ ਬੜੇ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਗਰਾਊਂਡ ਵਾਟਰ ਖਤਮ ਕੀਤਾ ਜਾ ਰਿਹਾ, ਉਹਦਾ ਦਰਿਆਈ ਪਾਣੀ ਬੰਨ ਲਾ ਕੇ ਦੂਜੇ ਪਾਸੇ ਮੋੜਿਆ ਜਾ ਰਿਹਾ। ਜਿਹੜੀ ਗੱਲ ਤੁਸੀਂ ਕੀਤੀ ਕਿ ਪੰਜਾਬ ਦੀ ਸਭਿਅਤਾ ਜਿਹੜੀ ਆ ਉਹ ਹਿੰਦੁਸਤਾਨੀ ਨਿਜ਼ਾਮ ਦੇ ਕਾਰਨ, ਇਹਨਾਂ ਦੋਵਾਂ ਦੇਸ਼ਾਂ ਦੀ
ਜਿਹੜੀ ਸੰਧੀ ਆ ਜਿਹਨੂੰ ਸਿੰਧੂ ਜਲ ਸਮਝੌਤਾ ਕਹਿੰਦੇ ਆ ਉਹਦੇ ਕਾਰਨ ਖਤਰੇ ਦੇ ਵਿੱਚ ਪਈ ਹੋਈ ਆ। ਜਿਹੜੀ ਗੱਲ ਤੁਸੀਂ ਕੀਤੀ ਆ ਕਿ ਇਹ ਇਹ ਗੱਲ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਥੋਂ ਤੱਕ ਇਹ ਪੋਲੀਟਿਕਸ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨੂੰ ਲੈ ਆਈ ਆ ਕਿ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਪਾਣੀਆਂ ਲਈ ਸਾਡੀਆਂ ਪਿਛਲੀਆਂ ਪੀੜ੍ਹੀਆਂ ਪੂਰਾ ਖੂਨ ਡੋਲਵੀਂ ਜੰਗ ਲੜ ਚੁੱਕੀਆਂ ਤਾਂ ਅੱਜ ਉਹ ਪਾਰਟੀ ਜਿਹਦਾ ਕੋਈ ਵਜੂਦ ਨਹੀਂ ਜਿਹਦਾ ਕੋਈ ਪਿਛੋਕੜ ਨਹੀਂ ਪੰਜਾਬ ਦੇ ਇਤਿਹਾਸ ਦੇ ਵਿੱਚ ਉਹਦੇ ਸਪੋਰਟਰ ਇਹ ਗੱਲ ਕਹਿ ਰਹੇ ਨੇ ਕਿ ਹੁਣ ਪੰਜਾਬ ਦਾ ਜਿਹੜਾ ਪਾਣੀ ਆ ਉਹਨੂੰ ਰੋਕ ਲਵੋ ਤਾਂ ਇਸ ਦੇ ਨਾਲ ਹੀ ਜਿਹੜੀ ਅਗਲੀ ਗੱਲ ਆ ਪੰਜਾਬ ਦੇ ਦਰਿਆਵਾਂ ਦਾ ਅਸੀਂ ਜਾਣਦੇ ਹਾਂ ਕਿ ਦਰਿਆ ਪਾਣੀ ਦੇ ਨਾਲ ਸਿਲਟ ਲੈ ਕੇ ਆਉਂਦੇ ਆ ਰੇਤ ਲੈ ਕੇ ਆਉਂਦੇ ਆ ਜਿਹਦੇ ਨਾਲ ਇੱਕ ਨਵੀਂ ਸਤਾ ਜਿਹੜੀ ਆ ਵਿਛਦੀ ਆ ਜਿਹਦੇ ਨਾਲ ਜ਼ਮੀਨ ਉਪਜਾਊ ਹੁੰਦੀ ਆ ਤਾਂ ਕਿਉਂਕਿ ਆਮ ਹਾਲਾਤਾਂ ਦੇ ਵਿੱਚ ਪੰਜਾਬ ਨੂੰ ਦਰਿਆਈ ਪਾਣੀ ਨਹੀਂ ਦਿੱਤਾ ਜਾਂਦਾ ਜਿਹੜਾ ਪੰਜਾਬ ਦੇ ਖੇਤਾਂ 'ਚ ਜਾਵੇ ਤੇ ਨਵੀਂ ਜਿਹੜੀ ਆ ਪਰਤ ਵਿਛਾਵੇ ਮਿੱਟੀ ਦੀ ਤਾਂ ਉਹ ਉਦੋਂ ਹੀ ਆਉਂਦਾ ਆ ਜਦੋਂ ਬਹੁਤ ਤੇਜ਼ੀ ਨਾਲ ਹੜ੍ਹ ਆਉਂਦੇ ਆ ਜਦੋਂ ਬਹੁਤ ਤੇਜ਼ੀ ਨਾਲ ਪਿੱਛੋਂ ਪਾਣੀ ਆਉਂਦਾ ਹੈ ਤਾਂ ਪਹਿਲਾਂ ਪੰਜਾਬ ਦੇ ਵਿੱਚ ਅਸੀਂ ਦੇਖਦੇ ਸੀ ਕਿ ਆਮ ਥਾਵਾਂ ਤੇ ਨਹਿਰਾਂ ਤੇ ਦਰਿਆਵਾਂ ਤੇ ਨਦੀਆਂ 'ਚ ਲੋਕ ਆਪਣੇ ਟਰੈਕਟਰ ਟਰਾਲੀਆਂ ਦੇ ਨਾਲ ਰੇਤ ਕੱਢ ਕੇ ਆਪਣੇ ਘਰੇਲੂ ਵਰਤੋਂ ਵਾਸਤੇ ਵਰਤ ਲੈਂਦੇ ਸੀ। ਹੁਣ ਕੀ ਕੀਤਾ ਗਿਆ ਉਹਨੂੰ ਸਾਰੇ ਨੂੰ ਮੋਨੋਪਲੀ ਕੀਤੀ ਗਈ ਆ ਉਹਦੀ ਤੇ ਉਹਦਾ ਕਬਜ਼ਾ ਕੁਛ ਲੋਕਾਂ ਦੇ ਹੱਥ 'ਚ ਦਿੱਤਾ ਗਿਆ ਤੇ ਕੁਛ ਚੋਣਵੀਆਂ ਥਾਵਾਂ ਰਾਖਵੀਆਂ ਕੀਤੀਆਂ ਗਈਆਂ ਜਿੱਥੋਂ ਮਾਈਨਿੰਗ ਕੀਤੀ ਜਾਊਗੀ। ਕਈ ਜਗ੍ਹਾ ਤਾਂ ਮਾਈਨਿੰਗ ਇੰਨੀ ਡੂੰਘੀ ਕਰ ਦਿੱਤੀ ਜਾਂਦੀ ਹੈ ਕਿ ਇਲਾਕੇ ਦਾ ਗਰਾਊਂਡ ਜ਼ਮੀਨ ਹੇਠਲਾ ਪਾਣੀ ਵੀ ਜਿਹੜਾ ਗਾਇਬ ਹੋ ਜਾਂਦਾ ਨਲਕੇ। ਅਸੀਂ ਦੇਖਿਆ ਆ ਕੰਡੀ ਦੇ ਇਲਾਕੇ ਦੇ ਵਿੱਚ ਨਲਕੇ ਜਿਹੜੇ ਆ ਸੁੱਕ ਗਏ ਬੋਰ ਸੁੱਕ ਗਏ ਪਰ ਦੂਜੇ ਪਾਸੇ ਦਰਿਆ ਜਿਹੜਾ ਜਿਹੜਾ ਸਤਲੁਜ ਦਾ ਜਿਹੜਾ ਕਹਿ ਸਕਦੇ ਹਾਂ ਸਰਫੇਸ ਆ ਉਹ ਇੰਨਾ ਜ਼ਿਆਦਾ ਉੱਪਰ ਆ ਚੁੱਕਾ ਆ ਕਿ ਜੇ ਆਪਾਂ ਨੂੰ ਟੈਕਨੀਕਲੀ ਵੇਖੀਏ ਤਾਂ ਸਤਲੁਜ ਦੀ ਪਾਣੀ ਲੈ ਕੇ ਜਾਣ ਦੀ ਸਮਰੱਥਾ ਜਿਹੜੀ ਆ ਉਹ 4 ਲੱਖ ਕਿਊਸਿਕ ਆ ਤਾਂ ਹਜੇ ਜਿਹੜੀ ਇਹ ਹੁਣ ਪਾਣੀ ਇਸ ਸਮੇਂ ਜਾ ਰਿਹਾ 2 ਲੱਖ ਕਿਊਸਿਕ ਜਾ ਰਿਹਾ ਤਾਂ 2 ਲੱਖ ਕਿਊਸਿਕ ਪਾਣੀ 1-2 ਦਿਨ ਜਾਣ ਦੇ ਨਾਲ ਇਹ ਹਾਲਾਤ ਹੋ ਗਏ ਆ ਕਿ ਥਾਂ ਥਾਂ ਤੋਂ ਧੁੱਸੀ ਬੰਨ ਟੁੱਟ ਚੁੱਕੇ ਆ ਤਾਂ ਇੱਥੇ ਵੇਖਿਆ ਜਾਵੇ ਕਿ ਸਰਕਾਰ ਦਾ ਇਹ ਟੋਟਲੀ ਫੇਲੀਅਰ ਆ ਲੋਕਾਂ ਨੂੰ ਜਿਹੜਾ ਆ ਉਜਾੜੇ ਦੇ ਵੱਲ ਧੱਕਿਆ ਜਾ ਰਿਹਾ ਆ। ਉਸ ਤੋਂ ਅਗਲੀ ਗੱਲ ਆ ਜਿਹੜੀ ਜੇ ਇੱਕ ਜ਼ਿਆਦਾ ਕ੍ਰਿਟੀਕਲ ਗੱਲ ਆ ਕਿ ਪਿਛਲੇ ਸਾਲ ਅੱਜ ਦੇ ਦਿਨ ਭਾਖੜਾ ਡੈਮ ਦਾ ਜੋ ਪਾਣੀ ਦਾ ਪੱਧਰ ਸੀ ਉਹ 1567 ਫੁੱਟ ਸੀ ਤੇ ਅੱਜ ਜੋ ਪਾਣੀ ਦਾ ਪੱਧਰ ਉਹ ਹੁਣ ਤੱਕ ਦੀ ਰਿਪੋਰਟ ਦੇ ਮੁਤਾਬਕ 1620 ਤੋਂ ਲੈ ਕੇ 1630 ਦੇ ਵਿੱਚ ਆ ਤੇ 1680 ਤੋਂ ਵੱਧ ਉਹਦੇ ਵਿੱਚ ਪਾਣੀ ਨਹੀਂ ਰੱਖਿਆ ਜਾ ਸਕਦਾ ਤੇ ਇੱਕ ਦਿਨ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ 8 ਫੁੱਟ ਪਾਣੀ ਉੱਪਰ ਆ ਚੁੱਕਾ ਆ। ਜੇ ਆਉਂਦੇ ਹਫ਼ਤੇ ਦੇ ਵਿੱਚ ਬਾਰਿਸ਼ ਹੁੰਦੀ ਆ ਤਾਂ ਇਸੇ ਮਹੀਨੇ ਦੇ ਵਿੱਚ ਜਿਹੜੇ ਆ ਭਾਖੜਾ ਡੈਮ ਭਰਨ ਦੇ ਕੰਢੇ ਤੇ ਪਹੁੰਚ ਜਾਊਗੀ। ਇਸ ਸਮੇਂ ਭਾਖੜਾ ਦੇ ਵਿੱਚ 1.5 ਲੱਖ ਕਿਊਸਿਕ ਦੇ 1,34,000 ਕਿਊਸਿਕ ਜਿਹੜਾ ਪਾਣੀ ਆ ਰਿਹਾ ਉਹਦੇ ਵਿੱਚੋਂ ਸਿਰਫ 18,000 ਛੱਡਿਆ ਜਾ ਰਿਹਾ ਤਾਂ 18,000 ਕਿਊਸਿਕ ਪਾਣੀ ਦੇ ਨਾਲ ਹੋਰ ਬਰਸਾਤੀ ਨਦੀਆਂ ਦਾ ਪਾਣੀ ਮਿਲ ਕੇ ਪੰਜਾਬ 'ਚ ਏਡੀ ਵੱਡੀ ਤਬਾਹੀ ਕਰ ਰਿਹਾ ਤਾਂ ਜੇ ਇਹ ਪਾਣੀ ਉੱਥੇ ਡੈਮ ਭਰਦੀ ਆ ਤਾਂ ਜਿੰਨਾ ਪਾਣੀ ਆਏਗਾ ਓਨਾ ਜੇ ਅੱਗੇ ਛੱਡਿਆ ਜਾਂਦਾ ਇਹੋ ਜਿਹੇ ਹਾਲਾਤ ਖੁਦਾ ਨਾ ਖਾਸਤਾ ਜੇ ਬਣਦੇ ਆ ਤਾਂ ਮੰਜ਼ਰ ਬਹੁਤ ਭਿਆਨਕ ਵੇਖਣ ਨੂੰ ਮਿਲ ਸਕਦਾ ਹੈ। ਬਿਲਕੁਲ ਜੀ ਆਰ ਸਿੰਘ, ਫਿਰ ਜਿਹੜਾ ਸਾਰਾ ਹੀ ਅਸੀਂ ਕਹਿ ਸਕਦੇ ਹਾਂ ਕਿ ਰੋਪੜ ਦਾ ਇਲਾਕਾ, ਰੋਪੜ, ਫਤਿਹਗੜ੍ਹ ਸਾਹਿਬ, ਮੋਹਾਲੀ, ਇਹ ਤਾਂ ਬਿਲਕੁਲ ਮੋਹਾਲ ਤੇ ਪੈਂਦਾ ਆ ਤੇ ਉਸ ਤੋਂ ਬਾਅਦ ਜਿਹੜੀ ਟੇਲ ਆ ਉਹ ਸਿੱਧੀ ਮਾਝੇ ਵੱਲ ਨੂੰ ਜਿਵੇਂ ਤੁਰਦੀ ਆ ਜਾਂ ਫਾਜ਼ਿਲਕਾ, ਮੋਹਰ ਵਾਲਾ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੇ ਖਦਸ਼ੇ ਨੇ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਜਦੋਂ, ਕਿਉਂਕਿ ਪ੍ਰਸ਼ਾਸਨ ਤੋਂ ਕੋਈ ਆਸ ਪੰਜਾਬ ਦੇ ਲੋਕਾਂ ਨੂੰ ਹੈ ਨਹੀਂ ਕਿਉਂਕਿ ਭਾਵੇਂ ਸਰਕਾਰ ਜਿਹੜੀ ਮਰਜ਼ੀ ਹੋਵੇ ਪ੍ਰਸ਼ਾਸਨ ਤਾਂ ਉਹੀ ਰਹਿੰਦਾ ਆ, ਅਫਸਰਸ਼ਾਹੀ ਉਹੀ ਰਹਿੰਦੀ ਆ, ਪੈਸਾ ਵੀ ਜਿੰਨਾ ਸਰਕਾਰ ਨੇ ਹੁਣ ਸ਼ਾਇਦ 33 ਕਰੋੜ ਦੇ ਕਰੀਬ ਜਾਰੀ ਕੀਤਾ ਆ ਉਹ ਵੀ ਲੋਕਾਂ ਤੱਕ ਪਹੁੰਚਣ ਦੇ ਆਸਾਰ ਕੋਈ ਉਹਦੇ ਨਜ਼ਰ ਨਹੀਂ ਆਉਂਦੇ ਕਿਉਂਕਿ ਇਤਿਹਾਸ ਇਹ ਗੱਲ ਦੱਸਦਾ ਆ। ਤਾਂ ਪੰਜਾਬ ਅੱਜ ਵੀ ਜਿਹੜਾ ਹੁਣ ਜਿਹੜੇ ਸਾਰੇ ਰਾਹਤ ਕਾਰਜ ਨੇ ਉਹ ਸਾਰੇ ਲੋਕ ਆਪਣੇ ਪੱਧਰ ਤੇ ਕਰ ਰਹੇ ਆ, ਗੁਰਦੁਆਰਾ ਸਾਹਿਬਾਨ ਹਮੇਸ਼ਾ ਦੀ ਤਰ੍ਹਾਂ ਜਿਹੜੇ ਆ ਲੋਕਾਂ ਨੂੰ ਲੰਗਰ ਹੋਵੇ ਚਾਹੇ ਸ਼ੈਲਟਰ ਹੋਵੇ ਉਹ ਸਾਰਾ ਪ੍ਰੋਵਾਈਡ ਕਰਵਾਇਆ ਜਾ ਰਿਹਾ, ਪਰ ਮਤਲਬ ਅੱਗੇ ਪੰਜਾਬ ਦੇ ਵਿੱਚ ਜਿਹੜੇ ਖਾਸ ਤੌਰ ਤੇ ਨੌਜਵਾਨ ਨੇ ਉਹਨਾਂ ਨੂੰ ਕਿਹੋ ਜਿਹੀ ਤਿਆਰੀ ਜਿਹੜੀ ਆ ਉਹ ਕਰਨੀ ਚਾਹੀਦੀ ਆ ਤਾਂ ਕਿ ਕੋਈ ਵੀ ਜਿਹੜੀ ਵਿਪਤਾ ਆਉਂਦੀ ਆ ਉਸਦੇ ਨਾਲ ਨਜਿੱਠਿਆ ਜਾ ਸਕੇ। ਤੇ ਖਾਸ ਤੌਰ ਤੇ ਮੈਂ ਚਾਹੁੰਦਾ ਕਿ ਜਿਹੜਾ ਵਿਦੇਸ਼ਾਂ ਦੇ ਵਿੱਚ ਕਿਉਂਕਿ ਡਾਇਸਪੋਰਾ ਅਸੀਂ ਮਤਲਬ ਜਿਹੜਾ ਬੈਠੇ ਆ ਉਹਨਾਂ ਨੂੰ ਕਿਵੇਂ ਇੱਕ ਸਹੀ ਤਰੀਕੇ ਦੇ ਨਾਲ ਪੰਜਾਬ ਤੱਕ ਜਿਹੜੀ ਮਦਦ ਦੀ ਅਪਰੋਚ ਜਿਹੜੀ ਆ ਉਹ ਕਰਨੀ ਚਾਹੀਦੀ ਆ। ਬਿਲਕੁਲ, ਤੁਹਾਡਾ ਨੁਕਤਾ ਬਹੁਤ ਵਾਜਬ ਆ ਕਿ ਜੋ ਨੁਕਸਾਨ ਹੋ ਰਿਹਾ ਜਿੰਨਾ ਪਾਣੀ ਆ ਰਿਹਾ ਟੈਕਨੀਕਲ ਗੱਲਾਂ ਨੇ ਤੇ ਇਹਦੇ ਵਿੱਚ ਲੇਟੈਸਟ ਅਪਡੇਟ ਆਉਂਦੀਆਂ ਰਹਿਣਗੀਆਂ ਤੇ ਜਿਹੜੀਆਂ ਕਿ ਘੰਟੇ ਬਾਅਦ ਹੀ ਸਥਿਤੀ ਬਦਲਦੀ ਜਾਊਗੀ। ਪਰ ਗੱਲ ਇਹ ਕਿ ਅਸੀਂ ਬਚਾਅ ਪੱਖ ਦੀ ਗੱਲ ਕਰੀਏ ਵੀ ਉਹਦੇ ਵਿੱਚੋਂ ਬਚਾਅ ਕਿਵੇਂ ਹੋ ਸਕਦਾ। ਇਸ ਸਮੇਂ ਗਰਾਊਂਡ ਦੇ ਉੱਪਰ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਦੀ ਸਿਫਤ ਕਰਨੀ ਬਣਦੀ ਆ ਕਿ ਸਿੱਖਾਂ ਦੀ ਜਿਹੜੀ ਇੱਕ ਸਿਰਮੌਰ ਸੰਸਥਾ ਆ ਉਹਦੇ ਵੱਲੋਂ ਥਾਂ ਥਾਂ ਤੇ ਜਿੱਥੇ ਹੜ੍ਹ ਆਏ ਨੇ ਉਹਨਾਂ ਗੁਰਦੁਆਰਿਆਂ ਦੇ ਵਿੱਚ ਆਪਣੇ ਸਟੋਰ ਕੀਪਰਾਂ ਦੇ ਜਿਹੜੇ ਨੰਬਰ ਆ ਉਹ ਜਨਤਕ ਕੀਤੇ ਗਏ ਆ ਕਿ ਕੋਈ ਰੋਟੀ ਪਾਣੀ ਖੜੋ, ਰਾਸ਼ਨ ਖੜੋ, ਭੁੱਖਾ ਨਾ ਰਹੇ।
इस तो अलावा उन्होंने अपने मुलाजम पिंडां दे विच भेजे जा रहे हैं, कई एंबुलेंस भी तोरिया गई ने। इहदे नाल ही जिहड़ा चमकौर साहब का इलाका आ जां फतेहगढ़ साहब का इलाका आ, उत्थे कार सेवा वाले बाबे भी वड्डा रोल निभा रहे ने लोगों नूं फसे हुए लोगों नूं कढ़न दे विच। ते नाल ही राजपुरे के इलाके दे विच खालसा एड की टीम आ, हालांकि उन्हां वल्लों हजे कोई बचाव कार्य तां उन्ने वड्डे पद्धर ते नहीं शुरू किए गए, पर उन्हां वल्लों जायजा लिया जा रहा कि आने वाले दिनों किहो जी स्थिति बन सकती है। तो जी इत गल अपने नोट करने वाली यह है कि पनीरी की बहुत लोड़ पेगी किसानी के पक्ष तो गल की जाए कि जे पानी आने दिनों लेंदा है, क्योंकि अजे बिल्कुल नवी फसल लगी ही तो यह एक दो दिन पानी नहीं चलती। तो कई इलाके केसानों वालों उद्यम किया भी जा रहा है कि जी अर्ली वरायटी है जी ती कह सकते कि तीन महीनों के पकदियां आ वो पनीरी बीजी जाए तो किसान दोबारा फसल बीज सकन। इस तो अलावा जी राशन आ सुा राशन आटॉक जो वो तो वो किया जाना चाहिए, खास करके जिन्हें इलाकों के पानी एकदम आने का खदशा रहा है। आप देखिए कि रात लोइया वाले पासे जलंधर के कुछ एरिए एकदम 12 बजे के करीब 12:30 के करीब पाड़ पिया, एक पाड़ रात 2 बजे पिया, तो कई पशु जोड़े आलिया के बजे डुब के उत्थे जोड़े मर गए। तो इस पासे भी ध्यान देना चाहिए कि माल डंगर का भी जो खास प्रबंध किया जाए। तो विदेशों च बैठे सिख तो पहले तत्पर रेंदे आ, तो जो ग्राउंड के हालात ने ग्राउंड के हालात ने जुड़े हुए ने अपडेट वेखते रहते हैं, तो जो आने वाले दिनों फाइनैशियल मदद की लड़ पेगी, क्योंकि हिंदुस्तान के सिस्टम के सिर्फ असं टैक्स तार सकते हैं, बदले के सू कोई उन्होंने मुआवजा कोई राहत, सिर्फ NDRF दी टीम भेज देनिया एक बहुत ही वड्डी गल नहीं, क्योंकि पिंडां च रहिंदे लोग जिहड़े आ उन्हां वास्ते जो NDRF कोई बहुत वड्डी उन्हां दी कोई मारका नहीं हुंदा कि वह लोगों को किवें लोग अपना प्रबंध आप कर लैंदे, उन्हां कोल सारे तरह के संद ने, पर गल यह है कि उत्थे फाइनैशियल एड आनी चाहिए आ जो माल डंगर साफ संभाल वास्ते, इस तों अलावा कोई बीमारी ना फैली उहदे वास्ते। पिछले वारी भी जदों हड़ आया किन्ने इलाके च बोर बैठे, किन्ना फसलां दा नुकसान होया, कोई गिरदौरी नहीं की गई, सिर्फ एक खाना पूर्ति की गई। तो यह सारी चीज़ का जोड़ा वो आप देखते हैं कि पंजाब का भार जोड़ा आ वह सिखां दे मोढ़ियां ते आउणा आ, तो उन्होंने इस चीज़ का जोड़ा अगे अगाऊ ही ध्यान रखना चाहिए कि आने वाले दिनों जो हालात बन वो किवें नजिठाया जा सके। बिल्कुल जी, तो जिहड़े साडे दर्शक साडे नाल जुड़े हुए ने जां सानू देख रहे ने उन्हां तक भी यह जानकारी सांझी करनी चाहुंदे आ कि जिहड़े जदों इह हड़ां दी मार पैंदी आ तां जिहड़ा नुकसान आ सब तो वड्डा, क्योंकि ठीक है पंजाब दे लोकां दा इक इतिहास रहा विपता दे विच इकट्ठे हो जांदे ने, ते अज वी देख रहे हां कि पंजाब दे विच पिंडां दे पिंड जिहड़े आ इक दूजे दी मदद कर रहे ने, भावें सरकारां फेल ने पर फिर भी कोई अजिही त्रासदी इन्हां हड़ां नूं नहीं बन दिता जा रहा है कि जिथे कोई भर लो अजे जां असीं कहीए कि लोक रोटी खुणो जां आसरे खुणो जिहड़े आ उह मुहताज हो जाण, पर इस तों बाद जिहड़ी गल जिथे लक टुटदा आ उह इह आ कि जिन्हां किसानां दे खेतां दे विच जिहड़े बोर ने हुण बोर करन दे उत्ते 3 लाख 2.5-3 लाख आम घट्टो घट खर्चा आ, ते उह जदों किसे किसान दा बोर जिहड़ा आ उहदे च पाणी पै जांदा जां बैठ जांदा आ तां उह किसे सरकार दे अंकड़े च दर्ज नहीं हुंदा, ते इस तों अलावा जिहड़ा डंगर माल दा हुण मझ आ जिहदी 1-1.5 लाख दी किसे किसान दी मझ किले ते बन्नी जिहड़ी आ उह इस हड़ दे विच मर गई, तां उस दा नुकसान जिहड़ा आ बहुत वड्डा आ। तां इस तरह दे जिहड़े नुकसान ने जिन्हां किसानां दे पिंडां दे विच इस हड़ दी मार दे नाल जां जिन्हां लोकां दे घर ढह गए, कई बड़े गरीब जिहड़े लोक जिन्हां ने बड़ी मेहनत दे नाल अपने घर बनाए सी उन्हां दे घर भी असीं देखिआ कि ढहे ने, तां जिहड़ा इह हुण पंजाब दी इक्को इक जिहड़ी सपोर्ट आ उह सपोर्ट डायस्पोरा आ जिहड़ा विदेशां च बैठा सिख आ, तां उस दे लई इह बड़ा जरूरी आ कि उह अपने पिंडां दे नाल जुड़े होए ने, जुड़े भी होए ने, ते एक सही तरीके दे नाल जिहड़े लोक लोड़वंद ने, तां उत्थे जिहड़ी इह हुंदा कि लक टुट्टण वाली गल आ जिहड़ी आर्थिक पक्ष तों, क्योंकि समें दी जिहड़ी मुश्किल आ उसनूं पंजाब दे लोकां ने नजिठ लैणा आ, नजिठदे आए ने मुश्किलां नूं, पर इस तों बाद जिहड़ा आ उहनां नूं खड़े करना मुड़ पैरां ते ਤੇ ਉਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ, ਤੇ ਉਹਦੇ ਲਈ ਆਪਣੇ ਪਿੰਡਾਂ ਦੇ ਨਾਲ ਜੁੜ ਕੇ ਆਪੋ ਆਪਣੇ ਇਲਾਕੇ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਲੋੜਵੰਦ ਕਾਰਜ ਨੇ ਉਹਨਾਂ ਦੇ ਵਿੱਚ ਵੱਧ ਚੜ ਕੇ ਮਦਦ ਕਰੀਏ, ਕਿਉਂਕਿ ਸਰਕਾਰਾਂ ਜਾਂ ਫਿਰ ਅਸੀਂ ਕਹੀਏ ਭਾਵੇਂ ਉਹ ਪੰਜਾਬ ਸਰਕਾਰ ਹੋਵੇ ਭਾਵੇਂ ਭਾਰਤ ਸਰਕਾਰ ਹੋਵੇ ਪ੍ਰਸ਼ਾਸਨ ਹੋਵੇ ਉਹ ਆਪਣੇ ਹੱਥ ਖੜੇ ਕਰ ਚੁੱਕਾ ਆ, ਤੇ ਉਹਨਾਂ ਦਾ ਕੰਮ ਸਿਰਫ ਤਸਵੀਰਾਂ ਖਿਚਵਾਉਣ ਤੱਕ ਦਾ ਆ ਜਾਂ ਫਿਰ ਇਹ ਗੱਲ ਕਰਨ ਦਾ ਕਿ ਆਪਣੀ ਕਿ ਅਸੀਂ ਲੋਕਾਂ ਦੀ ਜਿਹੜੀ ਮਦਦ ਆ ਉਹ ਕਰ ਰਹੇ ਹਾਂ, ਪਰ ਇਹ ਸਾਰੇ ਅਸੀਂ ਜ਼ਮੀਨ ਤੇ ਹਾਲਾਤ ਜਾਣਦੇ ਹਾਂ ਕਿ ਕੀ ਬਦਤਰ ਹਾਲਾਤ ਬਣੇ ਹੋਏ ਨੇ, ਤੇ ਅੱਜ ਦੇ ਸ਼ੋਅ ਦੇ ਵਿੱਚ ਸਾਡੇ ਨਾਲ ਜਿਵੇਂ ਉੱਥੇ ਜਿਹੜੀ ਗਰਾਊਂਡ ਰਿਪੋਰਟ ਆ ਉਹ ਸਾਂਝੀ ਕੀਤੀ ਆ, ਤੇ ਬੜੀ ਟੈਕਨੀਕਲ ਜਿਹੜੀ ਜਾਣਕਾਰੀ ਆ ਉਹ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ ਆ ਕਿ ਹਾਲਾਤ ਕਿਹੋ ਜਿਹੇ ਬਣ ਰਹੇ ਨੇ, ਤੇ ਰਜਿੰਦਰ ਸਿੰਘ ਜੀ ਤੇ ਜੁਝਾਰ ਸਿੰਘ ਜੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਅਸੀਂ ਗੱਲ ਕੀਤੀ ਹੜ੍ਹਾਂ ਬਾਰੇ, ਤੇ ਜਿਹੜੀ ਅਗਲੇ ਦਿਨਾਂ ਦੇ ਵਿੱਚ ਵੀ ਸਥਿਤੀ ਉੱਥੇ ਬਣ ਰਹੀ ਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਜਿਹੜੀ ਦੇਣ ਦੀ ਕੋਸ਼ਿਸ਼ ਕਰਦੇ ਰਹਾਂਗੇ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਉੱਤੇ ਕਿਸੇ ਹੋਰ ਮਹਿਮਾਨ ਦੇ ਨਾਲ ਗੱਲਬਾਤ ਕਰਨ ਲਈ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।